ਪੰਜਾਬ ਵਿੱਚ ਅਮਨ ਪੋਲਿਟਿਕਸ ਦੀ ਬਹੁਤ ਮਾੜੀ ਬਣੀ ਹੋਈ ਹੈ, ਖਾਸ ਤੌਰ 'ਤੇ ਅੰਮ੍ਰਿਤਸਰ ਦੇ ਵਿੱਚ। ਤੁਸੀਂ ਦੇਖਦੇ ਹੋਵੋਗੇ ਅੰਮ੍ਰਿਤਸਰ ਤਰਨ ਤਾਰਨ ਜਿਹੜਾ ਬਾਰਡਰ ਦਾ ਏਰੀਆ ਜਿੰਨਾ ਵੀ ਹੈਗਾ ਉੱਥੇ ਅਮਨ ਪੋਲਿਟਿਕਸ ਬਿਲਕੁਲ ਜਿਹੜਾ ਹੈਗਾ ਖਤਰੇ ਵਿੱਚ ਹੈਗਾ। ਪਰ ਕੈਪਟਨ ਸਾਹਿਬ ਆਪਣੇ ਘਰ 'ਚ ਨਹੀਂ ਦਿੱਤੇ ਹੋਏ, ਕੈਪਟਨ ਸਾਹਿਬ ਬਿਲਕੁਲ ਪੰਜਾਬ ਵੱਲ ਧਿਆਨ ਨਹੀਂ ਦੇ ਰਹੇ। ਮੈਂ ਕਹਿੰਦਾ ਕੈਪਟਨ ਸਾਹਿਬ ਤੁਰੰਤ ਅਸਤੀਫਾ ਦੇਣਾ ਚਾਹੀਦਾ ਬਤੌਰ ਹੋਮ ਮਿਨਿਸਟਰ, ਕਿਉਂਕਿ ਪੰਜਾਬ ਵਿੱਚ ਖਾਸ ਤੌਰ 'ਤੇ ਮਾਝੇ ਦੇ ਵਿੱਚ ਆਕੜ ਨਵਾਂ ਵਾਪਰ ਗਈਆਂ ਨੇ। ਤੁਹਾਨੂੰ ਪਤਾ ਆ ਸਾਰਸ ਸਿੰਘ ਨਾਂ ਦਾ ਇੱਕ ਵਿਅਕਤੀ, ਸਾਰਸ ਸਿੰਘ ਨਾਂ ਦਾ ਇੱਕ ਵਿਅਕਤੀ, ਉਹਦੀ ਸੀ ਐੱਮ ਸਾਹਿਬ ਨਾਲ ਵੀ ਫੋਟੋ ਆ, ਉਹਦੀ ਦਰਸਾ ਸਿੰਘ ਬਟੋਹਾ ਨਾਲ ਵੀ ਫੋਟੋ ਆ, ਉਹਦੀ ਸੁਖਪਾਲ ਭੁੱਲਰ ਨਾਲ ਵੀ ਫੋਟੋ ਆ, ਉਹਦੀ ਹਰਵਿੰਦਰ ਗਿੱਲ ਨਾਲ ਵੀ ਫੋਟੋ ਆ। ਮੈਂ ਸਮਝਦਾ ਵੀ ਉਹ ਵਿਅਕਤੀ ਜਿਹੜਾ ਅਕਾਲੀ ਦਲ BJP ਸਮੇਂ ਦੌਰਾਨ ਵੀ ਨਸ਼ਾ ਵੇਚਦਾ ਸੀਗਾ, ਉਸ ਤੋਂ ਬਾਅਦ ਅੱਜ ਉਹ ਹੀ ਵਿਅਕਤੀ ਜਿਹੜਾ ਹੈਗਾ ਕਾਂਗਰਸ ਪਾਰਟੀ ਨੂੰ ਵੀ ਨਸ਼ਾ ਵੇਚ ਰਿਹਾ, ਫੜਿਆ ਗਿਆ। ਸੋ ਸੀ ਐੱਮ ਸਾਹਿਬ ਨੂੰ ਤੁਰੰਤ ਜਿਹੜਾ ਹੈਗਾ ਆਪਣਾ ਅਸਤੀਫਾ ਦੇਣਾ ਚਾਹੀਦਾ ਬਤੌਰ ਹੋਮ ਮਿਨਿਸਟਰ, ਕਿਉਂਕਿ ਸੀ ਐੱਮ ਸਾਹਿਬ ਬਿਲਕੁਲ ਫੇਲ ਨੇ। ਸੀ ਐੱਮ ਸਾਹਿਬ ਕਦੇ ਗਰਾਊਂਡ 'ਤੇ ਨਹੀਂ ਆਏ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਅਫਸਰ ਸ਼ਾਹੀ ਬਿਲਕੁਲ ਬੇਲਗਾਮ ਹੋ ਚੁੱਕੀ ਆ, STF ਫੇਲ ਹੋ ਚੁੱਕੀ ਆ ਪੰਜਾਬ ਵਿੱਚ। ਜੋ ਨਸ਼ਾ ਅਕਾਲੀ ਦਲ BJP ਰਾਜ ਦੇ ਦੌਰਾਨ ਵਿਕਦਾ ਸੀਗਾ, ਉਸ ਤੋਂ ਕਿਤੇ ਵੱਧ ਜਿਹੜਾ ਹੈਗਾ ਹੁਣ ਕਾਂਗਰਸ ਦੇ ਰਾਜ ਵਿੱਚ ਵਿਕ ਰਿਹਾ। ਬਿਲਕੁਲ ਪੰਜਾਬ ਵਿੱਚ ਬੰਦੇ ਚੇਂਜ ਹੋਏ ਨੇ ਕਿ ਹੋਰ ਕੁਛ ਨਹੀਂ ਚੇਂਜ ਹੋਇਆ। ਮੈਂ ਫਿਰ ਜਾ ਕੇ ਆਉਣਾ ਗਾ ਪਿੰਡਾਂ ਵਿੱਚ ਜਾ ਕੇ ਆ, ਸ਼ਹਿਰਾਂ ਵਿੱਚ ਜਾ ਕੇ ਆਉਣਾ ਗਾ, ਲੋਕ ਕਿਉਂ ਗੱਲ ਕਰਦੇ ਨੇ ਕਿ ਪੰਜਾਬ ਵਿੱਚ ਕੁਛ ਨਹੀਂ ਬਦਲਿਆ ਹੈਗਾ, ਉਸੇ ਤਰ੍ਹਾਂ ਨਸ਼ਾ ਵਿੱਚ ਵਿਕ ਰਿਹਾ ਹੈਗਾ, ਉਸੇ ਤਰ੍ਹਾਂ ਜਿਹੜਾ ਮਾਫੀਆ ਲੈਂਡ ਮਾਫੀਆ ਸੈਂਡ ਮਾਫੀਆ ਟਰਾਂਸਪੋਰਟ ਮਾਫੀਆ ਡਰੱਗ ਮਾਫੀਆ ਸਾਰੇ ਪੰਜਾਬ ਵਿੱਚ ਜਿਹੜੇ ਮਾਫੀਏ ਬਾਦਲ ਸਾਹਿਬ ਨੇ ਪਾਲੇ ਸੀਗੇ, ਉਹਨਾਂ ਉੱਪਰ ਕੈਪਟਨ ਸਾਹਿਬ ਨੇ ਕਬਜ਼ਾ ਕਰ ਲਿਆ, ਕਾਂਗਰਸ ਪਾਰਟੀ ਨੇ ਕਬਜ਼ਾ ਕਰ ਲਿਆ, ਉਹਨਾਂ ਦੇ ਰਾਹੀਂ ਪੰਜਾਬ ਨੂੰ ਬਰਬਾਦ ਕਰਨ ਲੱਗੇ। ਪੰਜਾਬ ਸਰਕਾਰ ਦੀ ਜਿਹੜੀ 2 ਸਾਲ ਦੀ ਪ੍ਰਾਪਤੀ ਆ ਤੁਹਾਡੇ ਸਾਹਮਣੇ, ਕੈਪਟਨ ਸਾਹਿਬ ਦੀ ਫੋਟੋ ਤੁਸੀਂ ਦੇਖੋ ਵੀ ਲੱਗੀ ਹੋਈ ਆ ਖਿੜਕੀ ਦੇ ਨਾਲ, ਆਹ ਉਹਦੀਆਂ ਪ੍ਰਾਪਤੀਆਂ ਨੇਗੀਆਂ ਕਿ ਨਸ਼ੇ ਵਾਲੇ ਤਸਕਰਾਂ ਦੇ ਨਾਲ ਉਹ ਨਾ ਆ ਰਹੇ ਨੇਗੇ। ਪਰ ਪੰਜਾਬ ਦੇ ਵਿੱਚ ਕੁਛ ਨਹੀਂ ਬਦਲਿਆ ਹੈਗਾ, ਕੈਪਟਨ ਸਾਹਿਬ ਬਿਲਕੁਲ ਫੇਲ ਨੇ। ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ 2 ਸਾਲਾਂ ਦੇ ਵਿੱਚ, ਨਾ ਹੀ ਕਿਸੇ ਨੂੰ 2500 ਪੈਨਸ਼ਨ ਮਿਲੀ ਆ, ਨਾ ਹੀ ਕਿਸੇ ਨੂੰ 51,000 ਰੁਪਏ ਸਗਨ ਸਕੀਮ ਮਿਲੀ ਆ, ਨਾ ਹੀ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ, ਨਾ ਹੀ ਟਰਾਂਸਪੋਰਟ ਮਾਫੀਆ ਬੰਦ ਹੋਇਆ, ਨਾ ਹੀ ਲੈਂਡ ਮਾਫੀਆ ਬੰਦ ਹੋਇਆ, ਨਾ ਹੀ ਮਾਈਨਿੰਗ ਮਾਫੀਆ ਬੰਦ ਹੋਇਆ। ਪੰਜਾਬ ਦੇ ਵਿੱਚ ਜਿਹੜੇ ਮਾਫੀਏ ਬਾਦਲ ਸਾਹਿਬ ਨੇ ਪੈਦਾ ਕੀਤੇ ਸੀ, ਬਾਦਲ ਸਾਹਿਬ ਨੇ ਕ੍ਰੀਏਟ ਕੀਤੇ ਸੀ, ਉਸੇ ਤਰ੍ਹਾਂ ਚੱਲ ਰਹੇ ਨੇ ਉਹਨਾਂ ਉੱਤੇ। ਬਲਕਿ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, MLA ਸਾਹਿਬ, ਮੰਤਰੀ ਸਾਹਿਬ, ਉਹਨਾਂ ਨੇ ਕਬਜ਼ਾ ਕਰ ਲਿਆ, ਉਹ ਸਾਰਾ ਕਾਰੋਬਾਰ 2 ਨੰਬਰ ਦਾ ਕਾਰੋਬਾਰ ਸਾਰਾ ਜੋ ਸਾਰਾ ਹੈ ਕਾਂਗਰਸ ਪਾਰਟੀ ਨੂੰ ਚਲਾ ਰਹੀ। ਦੇਖੋ ਚੋਣ ਜ਼ਾਬਤਾ ਲਾਗੂ ਆ, ਔਰ ਹਾਲੇ ਤੱਕ ਜਿਹੜਾ ਹੈਗਾ, ਕੱਲ੍ਹ ਜਿਹੜਾ ਕੇਤਨ ਸਿੰਘ 'ਤੇ ਗੋਲੀ ਮਾਰੀ ਗਈ ਆ, ਉਹ ਰਿਵਾਲਵਰ ਜਾਂ ਪਿਸਟਲ ਜਿਹੜਾ ਹੈਗਾ, ਮੈਂ ਸਮਝਦਾ ਪ੍ਰਸ਼ਾਸਨ ਨੇ ਜਮ੍ਹਾਂ ਨਹੀਂ ਕਰਵਾਇਆ ਗਿਆ। ਸੋ ਬਹੁਤ ਵੱਡੀ ਜਿਹੜੀ ਫੇਲੀਅਰ ਆ, ਕੈਪਟਨ ਸਾਹਿਬ ਨੂੰ ਚਾਹੀਦਾ, ਔਰ ਮੈਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰੂੰਗਾ ਵੀ ਤੁਰੰਤ ਜਿਹੜਾ ਹੈਗਾ ਅਧਿਕਾਰੀਆਂ ਦੇ ਖਿਲਾਫ਼ ਐਕਸ਼ਨ ਲਿਆ ਜਾਵੇ, ਜਿਹੜੇ ਅਧਿਕਾਰੀਆਂ ਨੇ ਗਾ ਅਸਲਾ ਜਮ੍ਹਾਂ ਨਹੀਂ ਕਰਾਇਆ ਉਹਨੂੰ ਤੁਰੰਤ ਸਸਪੈਂਡ ਕੀਤਾ ਜਾਵੇ, ਡਿਸਮਿਸ ਕੀਤਾ ਜਾਵੇ। ਔਰ ਦੂਸਰੀ ਸਭ ਤੋਂ ਵੱਡੀ ਗੱਲ ਆ, ਜਦੋਂ ਇਹ ਲੜਕੀ ਅਗਵਾਹ ਹੋ ਰਹੀ ਸੀ, ਜਦੋਂ ਕੁੜੀ ਅਗਵਾਹ ਹੋ ਰਹੀ ਸੀਗੀ, ਉਸ ਸਮੇਂ ਉੱਥੇ ਪੁਲਿਸ ਮੌਜੂਦ ਸੀਗੀ, ਉੱਥੇ ਪੰਜਾਬ ਪੁਲਿਸ ਮੌਜੂਦ ਸੀਗੀ, ਔਰ ਸਰਕਾਰ ਨੂੰ ਉਹਨਾਂ ਵਿਅਕਤੀਆਂ ਬਾਰੇ ਤੁਰੰਤ ਪਤਾ ਲੱਗ ਕੇ ਉਹਨੂੰ ਡਿਸਮਿਸ ਕਰਨਾ ਪੈਂਦਾ। ਦੇਖੋ ਅਕਾਲੀ ਦਲ ਟਕਸਾਲੀ ਦਲ ਜਿਹੜੀ ਸਾਡੀ ਗੱਲਬਾਤ ਉਹ ਚੱਲ ਰਹੀ ਹੈ, ਮੈਂ ਸਮਝਦਾ 2 ਜਾਂ 3 ਦਿਨ ਤੋਂ ਫਾਈਨਲ ਹੋ ਜਾਊਗੀ, ਔਰ ਬੜਾ ਸਾਨੂੰ ਪੋਜ਼ਿਟਿਵ ਹੋਣ ਦੇ ਹਿਸਾਬ। ਦੇਖੋ ਸਾਡੀ 1 ਜਾਂ 2 ਸੀਟਾਂ ਲੈ ਕੇ ਜਿਹੜੀ ਗੱਲਬਾਤ ਰੁਕੀ ਹੋਈ ਸੀਗੀ, ਉਹ ਕੱਲ੍ਹ ਵੀ ਗੱਲਬਾਤ ਹੋਈ ਹੈ, ਔਰ 2 ਜਾਂ 3 ਦਿਨਾਂ ਦੇ ਵਿੱਚ ਫਾਈਨਲ ਜਿਹੜਾ ਹੈਗਾ ਅਸੀਂ ਅਲਾਇੰਸ ਦੀ ਅਨਾਊਂਸਮੈਂਟ ਕਰ। ਦੇਖੋ ਜਿਹੜੀਆਂ ਸੀਟਾਂ ਅਸੀਂ ਅਨਾਊਂਸ ਕੀਤੀਆਂ ਹੋਈਆਂ ਨੇ 5 ਸੀਟਾਂ, ਉਹਨਾਂ ਤੋਂ ਮੈਂ ਸਮਝਦਾ ਬਿਲਕੁਲ ਅਸੀਂ ਪਿੱਛੇ ਨਹੀਂ ਹਟਾਂਗੇ। ਜਿਹੜੀਆਂ ਹੋਰ ਸਾਡੀਆਂ ਰਹਿੰਦੀਆਂ ਨੇ ਉਹਨਾਂ 'ਚ ਅਸੀਂ ਉਹਨਾਂ ਨੂੰ ਆਫਰ ਕੀਤੀ ਹੈ ਵੀ ਸੀਟਾਂ ਲੈ ਲਓ। ਸੋ ਮੈਂ ਸਮਝਦਾ ਵੀ ਅਕਾਲੀ ਟਕਸਾਲੀ ਜਿਹੜੇ ਆਗੂ ਨੇ ਉਹ ਸਮਝ ਕੇ ਸਾਡੀ ਐਡਜਸਟਮੈਂਟ ਕਰ ਲੈਣਗੇ। ਦੇਖੋ ਅਨੰਦਪੁਰ ਵਾਲੀ ਸੀਟ ਬਿਲਕੁਲ ਅੜਿੱਕਾ ਬਣੀ ਹੋਈ ਆ, ਉਹਦਾ ਜਿਹੜਾ ਕੋਈ ਨਾ ਕੋਈ ਹੱਲ ਜਿਹੜਾ ਹੈਗਾ, ਸੇਵਾ ਸਿੰਘ ਸੇਖਵਾਂ ਜੀ, ਬ੍ਰਹਮਪੁਰਾ ਸਾਹਿਬ, ਔਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ, ਮੈਂ ਸਾਰੇ ਅਸੀਂ ਬੈਠ ਕੇ ਉਹਦਾ ਹੱਲ ਕੱਢ ਲਵਾਂਗੇ।
ਬੜਾ ਜਲਦੀ ਹੈ ਰਿਜ਼ਲਟ। ਸੁਖਪਾਲ ਸਿੰਘ ਖਹਿਰਾ ਵਾਲੇ ਬਿਲਕੁਲ ਰਸਤੇ ਬੰਦ ਨੇਗੇ ਜੀ, ਕਿਉਂਕਿ ਉਹਨੇ ਆਮ ਆਦਮੀ ਪਾਰਟੀ ਨੂੰ ਤੋੜਨ ਦਾ ਕੰਮ ਕੀਤਾ ਗਾ ਔਰ ਉਹਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ। ਇੱਕ ਪਾਸੇ ਉਹਨੇ ਆਪਣੀ ਪੰਜਾਬ ਜਿਹੜੀ ਪੰਜਾਬੀ ਪੰਜਾਬੀ ਏਕਤਾ ਪਾਰਟੀ ਨਾਮ ਬਣਾਇਆ ਪਹਿਲਾਂ, ਫਿਰ ਉਹਨੂੰ ਕਿਹਾ ਪੰਜਾਬ ਏਕਤਾ ਪਾਰਟੀ, ਔਰ ਉਹਦਾ ਪ੍ਰਧਾਨ ਕੋਈ ਹੋਰ ਲਾਇਆ ਸਟੇਜਾਂ ਦੇ ਉੱਤੇ। ਸੁਖਪਾਲ ਸਿੰਘ ਖਹਿਰਾ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ ਕਾਗਜ਼ਾਂ ਵਿੱਚ, ਕਿਤੇ ਕੋਈ ਹੋਰ ਪ੍ਰਧਾਨ। ਉਹਦਾ ਕਾਰਨ ਬੜਾ ਸਪਸ਼ਟ ਆ ਕਿ ਉਹ ਆਪਣੀ MLA ਸ਼ਿਪ ਬਚਾਉਣਾ ਚਾਹੁੰਦਾ, ਉਹ ਚਾਹੁੰਦਾ ਗਾ ਵੀ ਮੇਰੀ MLA ਸ਼ਿਪ ਨਾ ਜਾਵੇ। ਟੈਕਨੀਕਲ ਤੌਰ 'ਤੇ ਜਦੋਂ ਕੋਈ ਵਿਅਕਤੀ ਕਿਸੇ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡ ਦਿੰਦਾ, ਮੁੱਢਲੀ ਮੈਂਬਰਸ਼ਿਪ ਛੱਡ ਕੇ ਉਸ ਤੋਂ ਕੋਈ ਹੋਰ ਪਾਰਟੀ ਬਣਾ ਲੈਂਦਾ ਜਾਂ ਕੋਈ ਹੋਰ ਕੰਮ ਕਰ ਲੈਂਦਾ, ਤਾਂ 10th ਸ਼ਡਿਊਲ ਕਹਿੰਦਾ ਸੰਵਿਧਾਨ ਦਾ ਵੀ ਉਹਦੀ ਜਿਹੜੀ MLA-ship ਆ ਮੈਂਬਰਸ਼ਿਪ ਆ ਜਿਹੜੀ ਬਤੌਰ ਉਹ ਖਤਮ ਹੁੰਦੀ ਹੈਗੀ। ਪਰ ਸੁਖਪਾਲ ਸਿੰਘ ਖਹਿਰਾ ਉਹ MLA ਚਾਉਣ ਦੇ ਲਈ ਇਹ ਜਿਹੜਾ ਉਹਨੇ ਸ਼ਡਯੰਤਰ ਰਚਿਆ ਗਿਆ, ਪ੍ਰਧਾਨ ਕੋਈ ਹੋਰ ਲਾਤਾ ਕਾਗਜ਼ਾਂ 'ਚ ਅਤੇ ਲੋਕਾਂ 'ਚ ਕੁਛ ਹੋਰ ਆ। ਸੋ ਲੋਕਾਂ 'ਚ ਉਹਦਾ ਦੋਗਲਾ ਚਿਹਰਾ ਨੰਗਾ ਹੋ ਗਿਆ, ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਮੌਕਾ ਪ੍ਰਸਤ ਵਿਅਕਤੀ ਹੈ ਸੀਗਾ। ਪਰ ਪਾਰਟੀ ਨੂੰ ਉਹ ਪਾਰਟੀ ਲਿਖਤੀ ਤੌਰ 'ਤੇ ਆ ਗਿਆ ਸੀਗਾ। ਬਲਦੇਵ ਸਿੰਘ ਦਾ ਹਾਲੇ ਤੱਕ ਨਹੀਂ ਆਇਆ ਹੈਗਾ, ਬੜੀ ਜਲਦੀ ਸਾਡੀ ਕੋਰ ਕਮੇਟੀ ਦੀ ਮੀਟਿੰਗ ਆ, ਅਸੀਂ ਕੋਈ ਨਾ ਕੋਈ ਅਲਟਰਨੇਟਿਵ ਦੇਖ ਕੇ ਜਾਂ ਉਹਨਾਂ ਨੂੰ ਨੋਟਸ ਭੇਜ ਕੇ ਉਹਨੂੰ ਪੁੱਛਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਸਪੀਕਰ ਸਾਹਿਬ ਨੂੰ ਲਿਖ ਕੇ ਦੇਵਾਂਗੇ। ਦੇਖੋ ਇਸ ਤਰ੍ਹਾਂ ਛੋਟੀਆਂ ਛੋਟੀਆਂ ਘਟਨਾਵਾਂ ਹੁੰਦੀਆਂ ਨੇ, ਲੋਕ ਪਲਾਂਟ ਕਰਕੇ ਦੂਜੀਆਂ ਪਾਰਟੀਆਂ ਜਾ ਕੇ ਉੱਤੇ ਕੋਈ ਨਾ ਕੋਈ ਵਿਰੋਧ ਕਰਾਉਂਦੀਆਂ ਨੇ। ਪਰ ਲੇਕਿਨ ਭਗਵੰਤ ਸਿੰਘ ਮਾਨ, ਮੈਂ ਸੰਗਰੂਰ ਨੂੰ ਬਿਲੋਂਗ ਕਰਦਾ, ਬਹੁਤ ਵੱਡੀ ਲੀਡ ਨਾਲ ਜਿੱਤਣਗੇ ਔਰ ਸੁਖਪਾਲ ਸਿੰਘ ਖਹਿਰੇ ਵਰਗੇ ਮੌਕਾ ਪ੍ਰਸਤ ਵਿਅਕਤੀ, ਚਾਹੇ ਉਹ ਬੈਂਸ ਨੇ, ਸਭ ਨੂੰ ਪੰਜਾਬ ਨੂੰ ਪਤਾ ਗਾ ਇਹ ਮੌਕਾ ਪ੍ਰਸਤ ਲੋਕ ਨੇ, ਕੋਈ ਇਹਨਾਂ ਨੂੰ ਮੂੰਹ ਨਹੀਂ ਲਾ ਰਿਹਾ ਔਰ ਕਿਤੇ ਵੀ ਨਹੀਂ ਲਾ ਰਿਹਾ। ਉਦੋਂ ਹਾਲਾਤ ਹੋਰ ਸੀਗੇ, ਹੁਣ ਹਾਲਾਤ ਨੇ, ਹੁਣ ਪਤਾ ਲੱਗਿਆ ਉਹਨਾਂ ਦਾ। ਜਦੋਂ ਉਹਨਾਂ ਨੂੰ ਐਡੀ ਵੱਡੀ ਪਾਰਟੀ ਦੀ ਜ਼ਿੰਮੇਵਾਰੀ ਦਿੱਤੀ, ਲੀਡਰ ਆਫ ਆਪੋਜੀਸ਼ਨ ਬਣਾਇਆ, ਤਾਂ ਉਹਨਾਂ ਨੇ ਪਾਰਟੀ ਦਾ ਖੜਨਾ ਚਾਹੀਦਾ ਸੀ, ਪਾਰਟੀ ਤੋੜਨੀ ਚਾਹੀਦੀ ਸੀ। ਸੋ ਇੱਥੋਂ ਹੁਣ ਜਿਹੜਾ ਸਾਨੂੰ ਪਤਾ ਲੱਗਿਆ ਵੀ ਬਿਲਕੁਲ ਮੌਕਾ ਪ੍ਰਸਤ ਵਿਅਕਤੀ ਹੈ। ਨਹੀਂ, ਕਮਰ ਸੰਧੂ ਜੀ ਨੇ ਸਪਸ਼ਟ ਕੀਤਾ ਹੈਗਾ, ਹੋਰ MLA ਸਾਹਿਬਾਨ ਨੇ ਸਪਸ਼ਟ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹਾਂ, ਇਹਦਾ ਹਿੱਸਾ ਬਣੇ ਹਾਂ। ਬਿਲਕੁਲ ਜੀ, ਉਹਨਾਂ ਨੇ ਸਪਸ਼ਟ ਕਿਹਾ ਹੈਗਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਹੈਗਾ ਔਰ ਪਾਰਟੀ ਦੀ ਸਪੋਰਟ ਕਰਾਂਗੇ। ਕਿੰਨੇ MLA ਕਹਿ ਰਹੇ ਤੇ ਤੁਹਾਡੇ ਨਾਲ ਸੰਪਰਕ ਕਰਾਂਗੇ? ਦੇਖੋ, ਸੰਪਰਕ 5 MLA ਜਿਹੜੇ ਹੈਗੇ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਵੀ ਅਸੀਂ ਇਹਦਾ ਹਿੱਸਾ ਬਣੇ ਹੋਏ ਹਾਂ। ਆਪਣਾ ਕਮਰ ਸੰਧੂ ਜੀ, ਜਗਦੇਵ ਕਮਾਲੂ ਜੀ, ਨਿਰਮਲ ਸਿੰਘ ਜੀ, ਜਗਦੇਵ ਸਿੰਘ ਹਿੱਸੋਵਾਲ ਜੀ, ਇਹ ਸਾਡੇ ਸਾਰੇ ਬਣੇ ਹੋਏ ਸਾਡੇ ਨਾਲ ਬਣੇ। ਦੇਖੋ, ਪੰਜਾਬ ਦੇ ਵਿੱਚ ਮੈਂ ਕਹਿੰਦਾ ਆਮ ਆਦਮੀ ਪਾਰਟੀ ਨੂੰ ਕੋਈ ਚੁਣੌਤੀ ਨਹੀਂ। ਬੜੀ ਸਪਸ਼ਟ ਗੱਲ ਆ, ਮੋਦੀ ਸਾਹਿਬ ਨੇ 2014 'ਚ ਨਾਰਾ ਲਾਇਆ ਸੀ ਵੀ ਅੱਛੇ ਦਿਨ ਆਉਣਗੇ, ਪੰਜਾਬ ਹਿੰਦੁਸਤਾਨ ਦੇ ਵਿੱਚੋਂ ਬੇਰੁਜ਼ਗਾਰੀ ਖਤਮ ਕਰੂੰਗਾ, ਹਿੰਦੁਸਤਾਨ ਵਿੱਚ 2 ਕਰੋੜ ਨੌਕਰੀਆਂ ਹਰੇਕ ਸਾਲ ਪੈਦਾ ਕਰੂੰਗਾ ਔਰ 15-15 ਲੱਖ ਰੁਪਏ ਹਰੇਕ ਦੇ ਖਾਤੇ 'ਚ ਆਉਣਗੇ। ਇੱਕ ਵੀ ਕੰਮ ਮੋਦੀ ਸਾਹਿਬ ਨੇ ਸਿਵਾਏ ਭਾਸ਼ਣ ਦੇਣ ਤੋਂ, ਸਿਰਫ ਅਤੇ ਸਿਰਫ ਹਿੰਦੁਸਤਾਨ ਦੇ ਲੋਕਾਂ ਨੂੰ ਕੀ ਦਿੱਤਾ ਉਹਨਾਂ ਨੇ? ਭਾਸ਼ਣ ਦਿੱਤਾ ਗਿਆ, ਇਸ ਤੋਂ ਬਿਨਾਂ ਕੁਛ ਨਹੀਂ ਦਿੱਤਾ ਹੈਗਾ। ਔਰ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਉੱਤੇ ਕੈਪਟਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ 2 ਸਾਲਾਂ ਦੇ ਵਿੱਚ ਇੱਕ ਵੀ ਪੰਜਾਬ ਦੇ ਲੋਕਾਂ ਦਾ ਕੰਮ ਨਹੀਂ ਕੀਤਾ। ਨਾ ਹੀ ਪੰਜਾਬ 'ਚੋਂ ਕਰਪਸ਼ਨ ਖਤਮ ਹੋਈ ਆ, ਨਾ ਹੀ ਪੰਜਾਬ 'ਚੋਂ ਡਰੱਗ ਖਤਮ ਹੋਈ ਆ, ਨਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ ਮਿਲਿਆ ਗਾ, ਨਾ ਹੀ ਪੰਜਾਬ ਦੇ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਹੋਇਆ, ਨਾ ਹੀ ਵਪਾਰੀਆਂ ਦਾ ਜਿਹੜਾ ਹੈਗਾ ਕਰਜ਼ਾ ਮਾਫ਼ ਹੋਇਆ, ਨਾ ਹੀ ਦਲਿਤ ਭਰਾਵਾਂ ਦਾ ਕਰਜ਼ਾ ਮਾਫ਼ ਹੋਇਆ, ਨਾ ਹੀ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਪੱਕਾ ਕੀਤਾ ਗਿਆ। ਕੋਈ ਵੀ ਕੰਮ, ਇੱਕ ਵੀ ਕੰਮ ਕੈਪਟਨ ਸਾਹਿਬ ਗਿਣਾ ਦਿੰਦਾ ਤਾਂ ਵੋਟਾਂ ਦੇ ਹੱਕਦਾਰ ਨੇ। ਸੋ ਪੰਜਾਬ ਦੇ ਲੋਕ ਕੈਪਟਨ ਸਾਹਿਬ ਨੂੰ ਨਕਾਰਨਗੇ ਔਰ BJP ਨੂੰ ਵੀ ਨਕਾਰਨਗੇ। ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਸੋਚਦਾ ਮੈਂ ਸਹੀ ਕੰਮ ਕਰਾਂ, ਉਹਨੂੰ ਸਰਕਾਰ ਜਿਹੜੀ ਇਹ ਕੰਮ ਨਹੀਂ ਕਰਨ ਦੇ ਰਹੀ ਸੀ। ਉਹਦੇ ਖਿਲਾਫ਼ ਇੱਕ ਬੜੀ ਵੱਡੀ ਲੌਬੀ ਹੈ, ਇੱਕ ਪਾਸੇ ਕਰਪਟ ਲੋਕ ਨੇ ਗੇ ਕਾਂਗਰਸ ਪਾਰਟੀ ਵਿੱਚ, ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਹੈਗਾ ਇਮਾਨਦਾਰੀ ਦੀ ਗੱਲ ਕਰਦਾ, ਉਹਨੂੰ ਇਮਾਨਦਾਰੀ ਦੀ ਰਾਜਨੀਤੀ ਨਹੀਂ ਕਰਨ ਦਿੱਤੀ। ਹਾਂਜੀ, ਮੈਂ ਤਾਂ ਇਨਵਾਈਟ ਕਰਦਾਂਗਾ, ਤਾਂ ਪਹਿਲਾਂ ਵੀ ਇਨਵਾਈਟ ਕੀਤਾ ਸੀਗਾ। ਸਿੱਧੂ ਸਾਹਿਬ, ਇਹ ਜਿਹੜੀ ਕਰਪਟ ਪਾਰਟੀ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋਣ, ਉਹਨਾਂ ਲਈ ਜਿਹੜੀ ਅਸਲੀ ਜਗ੍ਹਾ ਕਿ ਉਹ ਆਮ ਆਦਮੀ ਪਾਰਟੀ ਹੈ। ਪਰ ਕੇਜਰੀਵਾਲ ਤਾਂ ਜਿਹੜਾ ਜੀ ਉਹ ਗੱਠਜੋੜ ਕਰਨ ਦੀ ਗੱਲ ਕਰਦੇ ਕਾਂਗਰਸ ਨਾਲ, ਤੁਸੀਂ ਕਰਪਟ ਕਹਿ ਰਹੇ ਹੋ। ਦੇਖੋ,
ਉਹ ਗੱਠਜੋੜ ਕਰਨ ਦੀ ਗੱਲ ਜਿਹੜੀ ਹੈਗੀ ਆ ਉਹ ਹੋਰ ਸੰਦਰਭ ਵਿੱਚ ਆ, ਉਹ ਇਹ ਹੈਗੀ ਵੀ ਦੇਸ਼ ਦੇ ਵਿੱਚ ਮੋਦੀ ਸਾਹਿਬ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਮੋਦੀ ਸਾਹਿਬ ਦੇਸ਼ ਨੂੰ ਧਰਮਾਂ 'ਚ ਵੰਡ ਕੇ ਦੰਗੇ ਕਰਾ ਕੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਜੀ। ਉਹ ਨੈਸ਼ਨਲ ਅਲਾਇੰਸ ਦੀ ਗੱਲ ਕਰਦੇ ਹਾਂ ਅਸੀਂ ਕਿ ਦੇਸ਼ ਨੂੰ ਬਚਾਉਣ ਦੇ ਲਈ ਕਿਤੇ ਨਾ ਕਿਤੇ ਜਿਹੜੀ ਨੈਸ਼ਨਲ ਲੈਵਲ 'ਤੇ ਇਕੱਲੀ ਕਾਂਗਰਸ ਨਹੀਂ, ਹੋਰ ਬਹੁਤ ਸਾਰੀਆਂ ਪਾਰਟੀਆਂ ਜਿਹੜੀ ਗ੍ਰੈਂਡ ਅਲਾਇੰਸ ਹੋ ਸਕਦਾ ਹੈਗਾ, ਪਰ ਲੇਕਿਨ ਮੈਨੂੰ ਦੀ ਸੰਭਾਵਨਾ ਘੱਟ ਨਜ਼ਰ।